ਹੈਲੋ ਜੀ, ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਲਜੀਤ ਕੌਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ ਆਪਾਂ ਇਹ ਡਿਜ਼ਾਇਨ ਬਣਾਉਣ ਲੱਗੇ। ਆਪਾਂ 20 ਕੁੰਡੇ ਲਏ ਆ। ਪਹਿਲੇ 2 ਕੁੰਡੇ ਆਪਾਂ ਉਲਟੇ ਬੁਣ ਲੈਣੇ ਆ। ਧਾਗਾ ਪੱਗ ਹੀ ਰੱਖਣਾ, ਸਿਲਾਈ ਤੋਂ ਕੁੰਡਾ ਲਾ ਕੇ ਸਿਲਾਈ ਦੇ ਵਿੱਚ ਦੂਸਰੀ ਤਰ੍ਹਾਂ ਕੁੰਡਾ ਉਲਟਾ ਲੈਣਾ। ਫਿਰ ਆਪਾਂ 2 ਦਾ 1 ਕਰ ਦੇਣਾ। ਫਿਰ ਧਾਗਾ ਅੱਗੇ ਕਰਕੇ 2 ਕੁੰਡੇ ਆਪਾਂ ਉਲਟੇ ਬਣਾਉਣੇ ਆ। ਧਾਗਾ ਅੱਗੇ ਹੀ ਰੱਖਣਾ, ਫਿਰ ਆਪਾਂ ਕੁੰਡਾ ਸਿਲਾਈ 'ਚੋਂ ਲਾ ਕੇ ਉਲਟਾ ਕੇ ਪਾ ਲੈਣਾ। ਫਿਰ 2 ਤੋਂ 1 ਕਰ ਦੇਣਾ। ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਹੀ ਬਣਾਉਣੀ ਆ। 2 ਉਲਟੇ, ਦੋਵਾਂ ਤੋਂ ਆਪਾਂ 1 ਕਰ ਦੇਣਾ, ਜਾਲੀ ਬਣ ਜੂਗੀ ਆਪਣੀ ਉਲਟਾ ਕੇ ਕੁੰਡੇ ਨੂੰ। ਇਹ ਡਿਜ਼ਾਇਨ ਬਹੁਤ ਹੀ ਸੌਖਾ ਹੈ ਅਤੇ 4 ਸਿਲਾਈਆਂ ਦਾ ਡਿਜ਼ਾਇਨ ਬਣਦਾ। 4 ਸਿਲਾਈਆਂ ਤੋਂ ਬਾਅਦ 'ਚ ਆਪਾਂ ਡਿਜ਼ਾਇਨ ਪਹਿਲਾਂ ਵਾਲੀ ਸਿਲਾਈ ਵਾਲੀ ਤਰ੍ਹਾਂ ਹੀ ਬਣਾਉਣਾ। ਇਹ ਸਾਰੀ ਸਿਲਾਈ ਆਪਾਂ ਇਸ ਤਰ੍ਹਾਂ ਬਣਾ ਲੈਣੀ ਆ। ਹੁਣ ਆਪਣੀ ਦੂਸਰੀ ਸਿਲਾਈ ਸ਼ੁਰੂ ਹੋ ਗਈ ਹੈ। ਪਹਿਲੇ 2 ਕੁੰਡੇ ਆਪਾਂ ਜਿਹੜੇ ਉਲਟੇ ਬਣਾਏ ਸੀ ਦੂਜੀ ਸਾਈਡ ਤੋਂ, ਹੁਣ ਆਪਾਂ ਇਹ ਕੁੰਡੇ ਸਿੱਧੇ ਬਣਾਉਣੇ ਆ। 2 ਕੁੰਡੇ ਆਪਾਂ ਉਲਟੇ ਬਣਾਉਣੇ ਆ। ਇਹ ਸਾਰੀ ਸਿਲਾਈ ਵੀ ਆਪਾਂ 2 ਕੁੰਡੇ ਉਲਟੇ, 2 ਸਿੱਧੇ ਇਸ ਤਰ੍ਹਾਂ ਹੀ ਬਣਾਉਣੀ ਆ। ਜਿਵੇਂ ਆਪਣਾ ਇਹ ਬਾਰਡਰ ਬਣ ਜਾਂਦਾ, ਬੈਕ ਸਾਈਡ 'ਤੇ ਇਸ ਤਰ੍ਹਾਂ ਦਾ ਡਿਜ਼ਾਇਨ ਬਣ ਜਾਏਗਾ ਇਹ। ਹੁਣ ਆਪਣੀ ਤੀਸਰੀ ਸਿਲਾਈ ਸ਼ੁਰੂ ਹੋ ਗਈ। ਪਹਿਲੇ 2 ਕੁੰਡੇ ਆਪਾਂ ਉਲਟੇ ਹੀ ਬਣਾਉਣੇ ਆ। ਧਾਗਾ ਆਪਾਂ ਪਿੱਛੇ ਕਰਕੇ ਪਹਿਲੇ ਕੁੰਡੇ ਨੂੰ ਨਹੀਂ ਬੰਨਣਾ, ਦੂਸਰਾ ਕੁੰਡਾ ਪਾ ਤੋਂ ਲਾ ਕੇ ਪਹਿਲੇ ਇਹ ਆਪਾਂ ਦੋਨੇ ਕੁੰਡੇ ਇਸ ਤਰ੍ਹਾਂ ਹੀ ਬੰਦ ਘਟਾ ਦੇਣੇ ਆ। 2 ਦਾ 1 ਕਰ ਦੇਣਾ। ਫਿਰ ਆਪਾਂ ਧਾਗਾ ਪਿੱਛੇ ਰੱਖਣਾ, 2 ਕੁੰਡੇ ਆਪਾਂ ਉਲਟੇ ਬੁਣ ਦੇਣੇ ਆ। ਧਾਗਾ ਫਿਰ ਇਹ ਸਿਲਾਈ ਵੀ ਆਪਾਂ ਸਾਰੀ ਇਸੇ ਤਰ੍ਹਾਂ ਬਣਾਉਣੀ ਹੈ। 2 ਕੁੰਡੇ ਹੁਣ ਆਪਾਂ ਸਿੱਧੇ ਬੁਣ ਲੈਣੇ ਆ। ਹੁਣ ਧਾਗਾ ਪਿੱਛੇ ਕਰਕੇ 2 ਕੁੰਡਿਆਂ ਦਾ 1 ਕੁੰਡਾ ਕਰ ਦੇਣਾ ਅਤੇ ਧਾਗਾ ਪਿੱਛੇ ਰਹਿਣ ਦੇਣਾ, ਅਤੇ ਉੱਤੋਂ ਦੀ ਵਲ ਕੇ ਆਜੂਗਾ ਕੁੰਡਾ ਆਪਣਾ, ਇਹ ਜਾਲੀ ਬਣ ਜੂਗੀ। 2 ਕੁੰਡੇ ਆਪਾਂ ਉਲਟੇ ਬੁਣਤੇ।
ਇਹ ਡਿਜ਼ਾਇਨ ਆਪਾਂ ਕੋਟੀ 'ਚ ਪਾ ਸਕਦੇ ਹਾਂ, ਸਵਾਟਰ 'ਚ ਵੀ ਬਣ ਸਕਦਾ ਅਤੇ ਛੋਟੇ ਬੱਚਿਆਂ ਦੀ ਕੋਟੀਆਂ ਸਵਾਟਰਾਂ 'ਚ ਵੀ ਆਪਾਂ ਇਹਨੂੰ ਪਾ ਸਕਦੇ ਹਾਂ। ਹੁਣ ਆਪਣੀ ਚੌਥੀ ਸਿਲਾਈ ਹੋਊਗੀ, ਇਹ ਵੀ ਆਪਾਂ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਸਾਰੀ ਸਿਲਾਈ ਆਪਾਂ ਇਸ ਤਰ੍ਹਾਂ ਇਹ ਵੀ ਬਣਾ ਲੈਣੀ ਹੈ। ਹੁਣ ਆਪਾਂ ਪਹਿਲੀ ਸਿਲਾਈ ਤਰ੍ਹਾਂ ਹੀ ਪਾ ਲੈਣੇ, ਦੋ ਕੁੰਡੇ ਉਲਟੇ ਬਣਾ ਲਏ, ਧਾਗਾ ਅੱਗੇ ਰੱਖਣਾ, ਆਪਾਂ ਇੱਕ ਸਿਲਾਈ 'ਚ ਲਾ ਕੇ ਕੁੰਡਾ ਉਲਟਾ ਕੇ ਪਾ ਲੈਣਾ, ਦੋ ਦਾ ਇੱਕ ਕਰ ਦੇਣਾ, ਨਾਲੇ ਆਪਣੀ ਜਾਲੀ ਬਣ ਜਾਂਦੀ, ਨਾਲ ਡਿਜ਼ਾਇਨ ਬਣ ਜੂਗਾ। ਇਹ ਡਿਜ਼ਾਇਨ ਤਾਂ ਬਹੁਤ ਸੌਖਾ, ਆਪਣੇ ਪਾਇਆ ਵੀ ਕੋਟੀ ਵਿੱਚ ਬਹੁਤ ਸੋਹਣਾ ਲੱਗਦਾ। ਹੁਣ ਫਿਰ ਸਿਲਾਈ ਆਪਣੀ ਬੈਕ ਸਾਈਡ ਵਾਲੀ ਹੈਗੀ, ਦੋ ਸਿੱਧੇ ਦੋ ਪੁੱਠੇ ਦੋ ਸਿੱਧੇ, ਬੈਕ ਸਾਈਡ ਵਾਲੀਆਂ ਸਿਲਾਈਆਂ ਸਾਰੀਆਂ ਆਪਾਂ ਦੋ ਸਿੱਧੇ ਦੋ ਉਲਟੇ ਦੋ ਸਿੱਧੇ ਇਸੇ ਤਰ੍ਹਾਂ ਹੀ ਬਣਾਉਣੇ ਆ। ਬਸ ਉਹ ਸਿਲਾਈਆਂ ਤੋਂ ਬਾਅਦ 'ਚ ਆਪਾਂ ਇਹ ਦੁਬਾਰਾ ਉਸੇ ਤਰ੍ਹਾਂ ਰਿਪੀਟ ਕਰ ਦਿੰਦੇ, ਚਾਰ ਚਾਰ ਸਿਲਾਈਆਂ ਬਾਅਦ ਆਪਣੀ ਡਿਜ਼ਾਇਨ ਬਦਲੀ ਜਾਊਗਾ।
ਇਹ ਡਿਜ਼ਾਇਨ ਆਪਣਾ ਇਸ ਤਰ੍ਹਾਂ ਦਾ ਬਣ ਜੂਗਾ। ਬਹੁਤ ਵਧੀਆ ਡਿਜ਼ਾਇਨ ਲੱਗਦਾ, ਬਹੁਤ ਸੋਹਣਾ ਇਹ। ਹੁਣ ਬੈਕ ਸਾਈਡ ਤੋਂ ਇਸ ਤਰ੍ਹਾਂ ਦਾ ਬਾਰਡਰ ਵਾਂਗੂ ਬਣ ਜੂਗਾ। ਹੁਣ ਆਪਾਂ ਇਹ ਵੀ ਤੁਹਾਨੂੰ ਸਿਲਾਈ ਪਾ ਕੇ ਵਿਖਾਉਣੇ, ਦੋ ਸਿੱਧੇ ਦੋ ਪੁੱਠੇ। ਇਸ ਤਰ੍ਹਾਂ ਦਾ ਬਣ ਜੂਗਾ ਡਿਜ਼ਾਇਨ ਇਹ। ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਦੱਸਣਾ ਕਿ ਕਿਸ ਤਰ੍ਹਾਂ ਦਾ ਡਿਜ਼ਾਇਨ ਬਣਿਆ।